ਅੱਜ ਦੇ ਸਮੇਂ ਦੇ ਵਿੱਚ ਸਾਡੇ ਸਮਾਜ ਦਾ, ਸਾਡੇ ਦੇਸ਼ ਦਾ, ਜਾਂ ਖਾਸ ਤੌਰ ਤੇ ਪੰਜਾਬ ਦੀ ਗੱਲ ਕੀਤੀ ਜਾਵੇ, ਜੋ ਮਾਹੌਲ ਚੱਲ ਰਿਹਾ, ਜੋ ਐਜੂਕੇਸ਼ਨ ਸਿਸਟਮ ਚੱਲ ਰਿਹਾ, ਜਾਂ ਫਿਰ ਰੋਜ਼ਗਾਰ ਨੂੰ ਲੈ ਕੇ ਜੋ ਫੈਸਿਲਿਟੀਜ਼ ਚੱਲ ਰਹੀਆਂ ਨੇ, ਨੌਜਵਾਨ ਪੀੜ੍ਹੀ ਜਿਹੜੀ ਹੈ ਸੈਟਿਸਫਾਈਡ ਨਹੀਂ ਨਜ਼ਰ ਆ ਰਹੀ। ਇਹੀ ਕਾਰਨ ਹੈ ਕਿ ਨੌਜਵਾਨ ਜਿਹੜੇ ਨੇ, ਸਟੂਡੈਂਟਸ ਖਾਸ ਤੌਰ ਤੇ ਜਿਹੜੇ ਨੇ, ਉਹ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ, ਆਸਟ੍ਰੇਲੀਆ, ਕੈਨੇਡਾ ਜਾਣ ਨੂੰ ਕਾਹਲੀ ਪਏ ਹੋਏ ਨੇ। ਪਰ ਵੱਡੀ ਗੱਲ ਇਹ ਵੀ, ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਹੀ ਰਸਤਾ ਦਿਖਾਇਆ ਜਾਏ, ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਫਰੌਡ ਏਜੰਟਸ ਮੌਜੂਦ ਨੇ। ਪਰ ਕਿਤੇ ਨਾ ਕਿਤੇ ਸੱਚ ਇਹ ਵੀ ਹੈ ਕਿ ਜੈਨੂਇਨਲੀ ਜਿਹੜੇ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਬਹੁਤ ਸਾਰੇ ਏਜੰਟਸ ਨੇ ਜਿਹੜੇ ਬੱਚਿਆਂ ਨੂੰ ਸਿੱਧੇ ਰਸਤੇ ਪਾ ਰਹੇ ਨੇ, ਕੈਨੇਡਾ, ਆਸਟ੍ਰੇਲੀਆ ਭੇਜ ਰਹੇ ਨੇ। ਮੇਰੇ ਨਾਲ ਇਸ ਵੇਲੇ ਪੁਨੀਤ ਖੰਨਾ ਮੌਜੂਦ ਨੇ ਓਮ ਗਲੋਬਲ ਤੋਂ। ਸਰ, ਕਿਸ ਤਰ੍ਹਾਂ ਆਪਣੇ ਆਪ ਨੂੰ ਭੀੜ ਤੋਂ ਵੱਖ ਰੱਖਿਆ ਹੋਇਆ? ਦੇਖੋ, ਅੱਜ ਦੀ ਡੇਟ ਦੇ ਵਿੱਚ ਜਿੱਦਾਂ ਤੁਸੀਂ ਕਹਿ ਹੀ ਦਿੱਤਾ ਕਿ ਹਰ ਬੰਦਾ ਪੰਜਾਬ ਦੇ ਵਿੱਚ, ਚਾਹੇ ਉਹ ਸਟੂਡੈਂਟ ਹੈ, ਚਾਹੇ ਉਹ ਸਰਵਿਸ ਕਲਾਸ ਹੈ, ਚਾਹੇ ਬਿਜ਼ਨਸਮੈਨ ਹੈ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉਹਨੂੰ ਇਹ ਹੈਗਾ ਕਿ ਮੈਂ ਬਾਹਰ ਚਲ ਜਾਵਾਂ, ਬਾਹਰ ਜਾ ਕੇ ਸੈਟਲ ਹੋ ਜਾਂ। ਕੋਈ ਸਟੂਡੈਂਟ ਜਿਹੜਾ ਹੈਗਾ ਉਹ ਆਪਣੇ ਭਵਿੱਖ ਲਈ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦਾ, ਕੋਈ ਮਾਂ ਪਿਓ ਇਸ ਕਰਕੇ ਸੈਟਲ ਹੋਣਾ ਚਾਹੁੰਦੇ ਬਾਹਰ ਜਾ ਕੇ ਕਿ ਉਹ ਆਪਣੇ ਬੱਚਿਆਂ ਲਈ ਚੰਗਾ ਫਿਊਚਰ ਪੈਦਾ ਕਰ ਸਕਣ। ਸੋ ਉਸ ਸਾਰੀ ਚੀਜ਼ ਦੇ ਵਿੱਚ ਜੇ ਦੇਖ ਲਈਏ, ਮੈਂ ਅੱਜ ਸਵੇਰੇ ਹੀ ਪੜ੍ਹ ਰਿਹਾ ਸੀਗਾ ਕਿ ਪਿਛਲੇ ਸਾਲ 2018 ਦੇ ਵਿੱਚ 1.5 ਲੱਖ ਬੱਚਾ ਬਾਹਰ ਗਿਆ, ਜਿਹਦੇ 'ਚ ਪੰਜਾਬ ਦਾ ਯੋਗਦਾਨ ਕਿੰਨਾ ਕੁ ਵੱਡਾ ਹੋਊਗਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਅੱਜ ਦੀ ਡੇਟ ਦੇ ਵਿੱਚ ਹਰ ਸਟੂਡੈਂਟ ਜਿਹਨੇ +2 ਪਾਸ ਕਰ ਲਈ, ਹਰ ਸਟੂਡੈਂਟ ਜਿਹੜਾ ਗ੍ਰੈਜੂਏਟ ਹੈ, ਕਿਸੇ ਨੇ GNM ਕੀਤੀ ਹੋਈ ਹੈ, ਪੋਸਟ ਗ੍ਰੈਜੂਏਟ ਹੈ, ਉਹ ਆਪਣੇ ਲਈ ਰਸਤਾ ਲੱਭਦਾ ਫਿਰਦਾ ਹੈ ਕਿ ਮੈਂ ਉੱਥੇ ਗ੍ਰੈਜੂਏਸ਼ਨ ਕਰ ਲਵਾਂ, ਜਾ ਕੇ ਡਿਪਲੋਮਾ ਕਰ ਲਵਾਂ, ਐਡਵਾਂਸ ਡਿਪਲੋਮਾ ਕਰ ਲਵਾਂ, ਨਹੀਂ ਕੁਛ ਹੋ ਰਿਹਾ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਦੇਵਾਂ ਆਪਣੇ ਪੁਆਇੰਟ ਬੇਸ ਸਿਸਟਮ 'ਤੇ ਆ ਕੇ। ਸੋ ਉਸ ਸਾਰੀ ਚੀਜ਼ ਨੂੰ ਦੇਖੀਏ ਤਾਂ ਅੱਜ ਦੀ ਡੇਟ 'ਚ ਫੇਸਬੁੱਕ, ਸੋਸ਼ਲ ਮੀਡੀਆ, ਹਰ ਤਰ੍ਹਾਂ ਨਾਲ ਟੀਵੀਜ਼, ਰੇਡੀਓਜ਼, ਬਾਰ ਬਾਰ ਰੋਜ਼ ਨਵਾਂ ਏਜੰਟ, ਰੋਜ਼ ਨਵੀਂ ਕੰਪਨੀ, ਰੋਜ਼ ਨਵੀਂ ਐਡਵਰਟਾਈਜ਼ਮੈਂਟ। ਕਿਤੇ ਹੱਦ ਤੱਕ ਮੈਂ ਵੀ ਮੰਨਦਾ ਤੁਹਾਡੇ ਨਾਲ, ਸਹਿਮਤ ਆ ਕਿ ਸਟੂਡੈਂਟ ਨੂੰ ਜਾਂ ਉਸ ਬੰਦੇ ਨੂੰ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ, ਬਹੁਤ ਜ਼ਿਆਦਾ ਔਖਾ ਹੈ ਉਹਦੇ ਲਈ ਇਹ ਡਿਸਾਈਡ ਕਰਨਾ ਕਿ ਮੈਂ ਆਪਣੇ ਡਾਕੂਮੈਂਟ, ਆਪਣੀ ਫਾਈਲ ਕਿਹਦੇ ਹੱਥ 'ਚ ਫੜਾਵਾਂ। ਬੇਸਿਕਲੀ ਕਿਉਂਕਿ ਉਹ ਫਾਈਲ ਨਹੀਂ, ਉਹਦੀ ਜ਼ਿੰਦਗੀ ਹੈ ਜਿਹੜੀ ਉਸ ਏਜੰਟ ਦੇ, ਉਸ ਕੰਸਲਟੈਂਟ ਦੇ ਹੱਥ 'ਚ ਫੜਾ ਰਿਹਾ ਕਿ ਉਹਨੂੰ ਕੀ ਕਰੂਗਾ, ਕਿਸ ਤਰੀਕੇ ਦੇ ਨਾਲ ਉਹਦੀ ਉਹ ਫਾਈਲ ਅੰਬੈਸੀ ਦੇ ਵਿੱਚ ਲੌਂਚ ਹੋਏਗੀ, ਕਿਸ ਤਰੀਕੇ ਦੇ ਨਾਲ ਉਹਦਾ ਵੀਜ਼ਾ ਪ੍ਰੋਸੈਸ ਹੋਏਗਾ ਔਰ ਉਹਦਾ ਐਂਡ ਰਿਜ਼ਲਟ ਕੀ ਹੋਏਗਾ। ਜੇ ਮੈਂ ਆਪਣੀ ਗੱਲ ਕਰ ਲਾਂ, ਪਿਛਲੇ 13 ਸਾਲ ਤੋਂ ਇਹੀ ਕੰਮ ਕੀਤਾ ਕਿ ਸਟੂਡੈਂਟ ਨੂੰ ਚੰਗੀ ਯੂਨੀਵਰਸਿਟੀ, ਚੰਗਾ ਕਾਲਜ, ਚੰਗਾ ਕੋਰਸ ਜਿਹੜਾ ਉਹਦੀ ਪੜ੍ਹਾਈ ਦੇ ਨਾਲ ਮੈਚ ਕਰਦਾ, ਜਿਹੜਾ ਉਹਦੇ ਪਿਛਲੇ ਕੋਰਸ ਦੇ ਨਾਲ ਰਿਲੇਟਡ ਹੈਗਾ, ਜਿਹਨੂੰ ਆਸਟ੍ਰੇਲੀਆ ਦੇ ਵਿੱਚ ਕੋਰਸ ਕੋਰਿਲੇਸ਼ਨ ਕਹਿ ਦਿੰਦੇ ਆ। ਪ੍ਰੋਗਰੈਸ਼ਨ ਜਿਹਨੂੰ ਆਪਾਂ ਗੱਲ ਕਰਦੇ ਹਾਂ ਕਿ ਬੱਚੇ ਨੇ 10th ਕੀਤੀ ਹੈ ਤਾਂ ਉਹ 11ਵੀਂ ਕਰੂਗਾ, 11ਵੀਂ ਕੀਤੀ ਹੈ ਤਾਂ 12ਵੀਂ ਕਰੂਗਾ, ਉਸ ਬੇਸਿਸ ਦੇ ਉੱਤੇ ਉਹਦੀ ਐਡਮਿਸ਼ਨ ਕਰਾਈ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਆਫਿਸ ਹੈ ਜਿੱਥੇ ਮੇਰਾ ਬ੍ਰਦਰ ਪ੍ਰੈਕਟਿਸ ਕਰਦਾ, ਹੀ ਇਜ਼ ਅ ਮਾਰਾ ਲਾਇਰ, ਰੈਕਗਨਾਈਜ਼ਡ ਬਾਈ ਆਸਟ੍ਰੇਲੀਅਨ ਗਵਰਨਮੈਂਟ। ਜਿਹੜੀ ਵੀ ਆਸਟ੍ਰੇਲੀਆ ਦੀ ਕੋਈ ਵੀ ਫਾਈਲ ਪ੍ਰੋਸੈਸ ਹੁੰਦੀ ਹੈ, ਉਸ ਫਾਈਲ ਨੂੰ ਪ੍ਰੋਸੈਸ ਕਰਨ ਤੋਂ ਪਹਿਲਾਂ ਉਹ ਚੈੱਕ ਕਰਦਾ ਕਿ ਇਹ ਫਾਈਲ 'ਚ ਕੀ ਇਹ ਸਟੂਡੈਂਟ ਦਾ ਵੀਜ਼ਾ ਆ ਸਕਦਾ, ਹੀ ਇਜ਼ ਐਲੀਜੀਬਲ ਫੋਰ ਅ ਵੀਜ਼ਾ ਔਰ ਨੋਟ। ਸੇਮ ਕੈਨੇਡਾ ਦੇ ਵਿੱਚ ਜਿਹੜਾ ਆਫਿਸ ਹੈ ਉੱਥੇ ਹਰਿਤ ਗਾਬਾ ICCRC ਮੈਂਬਰ ਹੈ, ਕੋਈ ਵੀ ਫਾਈਲ ਪ੍ਰੋਸੈਸ ਕਰਨ ਤੋਂ ਪਹਿਲਾਂ ਉਹ ਉਹਨੂੰ ਕ੍ਰੋਸ ਚੈੱਕ ਕਰਦਾ ਕਿ ਇਸ ਫਾਈਲ 'ਚ ਆਪਾਂ ਕਿੱਥੇ ਸਟੈਂਡ ਕਰਦੇ ਹਾਂ, ਵੀਜ਼ਾ ਪ੍ਰੋਬੇਬਿਲਿਟੀ ਜਾਂ ਵੀਜ਼ਾ ਚਾਂਸਿਸ ਕਿੱਥੇ ਹੈਗੇ ਨੇ। ਮੋਰਓਵਰ, ਸਭ ਤੋਂ ਵੱਡੀ ਗੱਲ, ਜੇ ਠੱਗੀ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ, ਇਸ ਫੀਲਡ ਦੇ ਵਿੱਚ ਅਸੀਂ ਰੋਜ਼ ਅਖਬਾਰਾਂ ਪੜ੍ਹਦੇ ਹਾਂ, ਰੋਜ਼ ਦੇਖਦੇ ਹਾਂ ਕਿ ਕਿੰਨੇ ਪੈਸੇ ਲੈ ਲਏ, ਪੈਸੇ ਲੈ ਕੇ ਬੰਦਾ ਭੱਜ ਗਿਆ, ਲੱਭ ਨਹੀਂ ਰਿਹਾ, ਕੋਈ ਵਿਜ਼ਟਰ ਵੀਜ਼ੇ ਦੇ ਲਈ ਪੈਸੇ ਦੇ ਦਿੱਤੇ। ਕੋਈ ਵੀ ਪੈਸਾ ਓਮ ਗਲੋਬਲ, ਕੋਈ ਵੀ ਮਤਲਬ ਕੋਈ ਵੀ ਪੈਸਾ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਲੈਣਾ।
ਜਦ ਪੈਸਾ ਹੀ ਨਹੀਂ ਲੈਣਾ ਤੁਹਾਡੇ ਤੋਂ ਤਾਂ ਠੱਗੀ ਵਾਲੀ ਗੱਲ ਜਿਹੜੀ ਹੈਗੀ ਉਹ 100% ਖਤਮ ਹੋ ਜਾਂਦੀ ਉੱਥੇ। ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਬਾਕੀ ਏਜੰਟਸ ਨਾਲੋਂ ਜਾਂ ਭੀੜ ਨਾਲੋਂ ਵੱਖਰਾ ਰੱਖਿਆ ਹੋਇਆ ਹੈ, ਪਰ ਗੱਲ ਜਿਸ ਤਰ੍ਹਾਂ ਤੁਸੀਂ ਕੀਤੀ ਹੈ ਕਿ ਬੜਾ ਔਖਾ ਉਹ ਚੂਜ਼ ਕਰਨਾ ਹੁੰਦਾ ਹੈ ਕਿ ਕਿਸ ਏਜੰਟ ਦੇ ਹੱਥ ਵਿੱਚ ਆਪਣੀ ਫਾਈਲ ਜਾਂ ਫਿਰ ਆਪਣੀ ਜ਼ਿੰਦਗੀ ਫੜਾਈ ਜਾਵੇ। ਲੱਖਾਂ ਰੁਪਏ ਲੱਗੇ ਹੁੰਦੇ ਨੇ, ਕਿਸੇ ਨੇ ਜ਼ਮੀਨ ਦਾਅ ਤੇ ਲਗਾਈ ਹੁੰਦੀ ਹੈ, ਕਿਸੇ ਦੇ ਗਹਿਣੇ ਦਾਅ ਤੇ ਲੱਗੇ ਹੁੰਦੇ ਨੇ, ਤੇ ਬਾਹਰ ਜਾਣ ਦੀ ਜਿਹੜੀ ਉਮੀਦ ਹੈ ਉਸ ਵੇਲੇ ਪਾਣੀ ਫਿਰ ਜਾਂਦਾ ਜਦੋਂ ਸੁਪਨਾ ਪੂਰਾ ਨਹੀਂ ਹੁੰਦਾ। ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਸੇ ਨੇ ਆਪਣੀ ਜ਼ਮੀਨ ਗਹਿਣੇ ਪਾਈ ਹੁੰਦੀ ਹੈ, ਕਿਸੇ ਨੇ ਆੜ੍ਹਤੀਏ ਤੋਂ ਪੈਸੇ ਲਏ ਹੁੰਦੇ ਆ, ਇੱਕ ਜ਼ਿਮੀਂਦਾਰ ਨੇ ਪਹਿਲਾਂ ਹੀ ਐਡਵਾਂਸ ਲੈ ਲਿਆ ਹੁੰਦਾ, ਹਜੇ ਉਹਦੀ ਫਸਲ ਅੱਗੀ ਉੱਗੀ ਨਹੀਂ ਹੁੰਦੀ, ਤਾਂ ਉਹਨੇ ਪਹਿਲਾਂ ਹੀ ਆੜ੍ਹਤੀਏ ਤੋਂ ਐਡਵਾਂਸ ਲੈ ਲਿਆ ਕਿ ਮੈਂ ਆਪਣੇ ਮੁੰਡੇ ਨੂੰ ਬਾਹਰ ਭੇਜਣਾ, ਇਸ ਕਰਕੇ ਮੈਨੂੰ ਪੈਸੇ ਚਾਹੀਦੇ ਆ। ਜਦੋਂ ਤਾਂ ਉਹ ਕੰਮ ਹੋ ਜਾਂਦਾ, ਸਟੂਡੈਂਟ ਦਾ ਵੀਜ਼ਾ ਲੱਗ ਜਾਂਦਾ ਜਾਂ ਵਿਜ਼ਟਰ ਵੀਜ਼ਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹ ਕੰਮ ਹੋ ਜਾਂਦਾ, ਉਦੋਂ ਉਹਨੂੰ ਪੈਸਿਆਂ ਦੀ ਟੈਨਸ਼ਨ ਨਹੀਂ ਹੁੰਦੀ, ਉਹਨੂੰ ਲੱਗਦਾ ਕਿ ਮੇਰਾ ਬੱਚਾ ਬਾਹਰ ਜਾ ਰਿਹਾ, ਉਹ ਬਾਹਰ ਜਾ ਕੇ ਕੁਝ ਕਰੇਗਾ, ਪੜ੍ਹਾਈ ਕਰੇਗਾ, ਬਾਅਦ ਦੇ ਵਿੱਚ ਕੰਮ ਕਰੇਗਾ, ਅਤੇ ਉਹ ਸਾਰਾ ਕੁਝ ਉਹਦਾ ਸੈਟਲ ਹੋ ਜਾਊਗਾ, ਇੱਕ ਚੰਗਾ ਭਵਿੱਖ। ਉਹ ਸੁਪਨੇ ਜਿਹੜੇ ਦੇਖ ਕੇ ਉਹਨੇ ਬੱਚੇ ਲਈ ਪੈਸੇ ਚੱਕੇ ਹੁੰਦੇ ਆ, ਉਹ ਸੁਪਨੇ ਪੂਰੇ ਹੁੰਦੇ ਦਿਸਦੇ ਆ। ਔਨ ਦੀ ਅਦਰ ਸਾਈਡ ਜਦੋਂ ਉਹ ਪੈਸੇ ਪਹਿਲਾਂ ਫੜਾ ਦਿੱਤੇ ਜਾਂਦੇ ਆ, ਔਰ ਉਸ ਤੋਂ ਬਾਅਦ ਉਸ ਸਟੂਡੈਂਟ ਦਾ ਵੀਜ਼ਾ ਨਹੀਂ ਲੱਗਦਾ, ਫਿਰ ਉਹ ਪੈਸੇ ਵਾਪਸ ਆਉਣ ਦੇ ਵਿੱਚ ਵੀ ਲੱਗਦਾ ਕਿ ਹਾਂ ਅੱਜ ਆ ਰਹੇ ਆ, ਕੱਲ੍ਹ ਆ ਰਿਹਾ, ਏਜੰਟ ਦਾ ਦਫ਼ਤਰ ਬੰਦ ਹੈ, ਉਹ ਹੈ ਨਹੀਂ, ਲੱਭ ਨਹੀਂ ਰਿਹਾ, ਜਾਂ ਉਹਦਾ ਕੋਈ ਆਫਿਸ ਹੈ ਹੀ ਨਹੀਂ ਸੀ। ਬਹੁਤ ਵਾਰ ਇੱਦਾਂ ਵੀ ਹੁੰਦਾ ਕਿ ਇੰਨਾ ਪੈਸਾ ਵਾਪਸ ਆਉਂਦਾ, ਇੰਨਾ ਪਾਸਪੋਰਟ ਵਾਪਸ ਮਿਲਦਾ। ਬਿਲਕੁਲ ਇੱਦਾਂ ਹੀ ਹੁੰਦਾ ਜੀ, 100% ਇੱਦਾਂ ਹੀ ਹੁੰਦਾ। ਮੈਂ ਤੁਹਾਡੀ ਇੰਟਰਵਿਊ ਦੇਖ ਰਿਹਾ ਸੀ ਕੱਲ੍ਹ, ਉਹਨਾਂ ਨੇ ਕਬੱਡੀ ਪਲੇਅਰ ਸੀਗੇ, 2-15 ਰੁਪਿਆ ਕਿਸੇ ਨੂੰ ਦੇ ਦਿੱਤਾ ਇੱਕ ਵਿਜ਼ਿਟਰ ਵੀਜ਼ਾ ਤੇ ਜਾਣ ਲਈ। ਅੱਜ ਦੀ ਡੇਟ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ, ਤੁਸੀਂ ਅਖਬਾਰਾਂ ਚੁੱਕ ਲਓ, ਰੇਡੀਓ ਖੋਲ ਲਓ, ਵਿਜ਼ਿਟਰ ਵੀਜ਼ਾ ਲਈ 5200 ਰੁਪਏ ਅੰਬੈਸੀ ਦੀ ਫੀਸ ਹੈ, ਤੇ 15-15 ਲੱਖ ਰੁਪਿਆ ਦੇ ਕੇ ਲੋਕੀ ਬੈਠੇ ਨੇ। ਕੀ ਕਰਨਾ ਚਾਹੁੰਦੇ ਹੋ ਤੁਸੀਂ? ਉਸ 15 ਲੱਖ ਰੁਪਏ ਦੇ ਵਿੱਚ 6 ਮਹੀਨੇ ਦੀ ਐਂਟਰੀ ਮਿਲਦੀ ਹੈ। ਤੁਹਾਨੂੰ ਕਹਿ ਦਿੰਦਾ ਏਜੰਟ ਕਿ ਤੇਰੇ ਲਈ 10 ਸਾਲ ਦਾ ਮਲਟੀਪਲ ਵੀਜ਼ਾ ਲੱਗ ਗਿਆ, 10 ਸਾਲ ਦਾ ਵੀਜ਼ਾ। ਕੈਨੇਡੀਅਨ ਗੌਰਮੈਂਟ ਕੀ ਕਰਦੀ ਹੈ, ਜਿੰਨੀ ਪਾਸਪੋਰਟ ਦੀ ਵੈਲਿਡਿਟੀ ਆ ਉਨੀ ਦੇਰ ਦਾ ਵਿਜ਼ਿਟਰ ਵੀਜ਼ਾ ਮਿਲਦਾ, ਉਸ ਤੋਂ 1 ਦਿਨ ਪਹਿਲਾਂ ਤੱਕ ਦਾ ਤੁਹਾਡੇ ਕੋਲ ਵੀਜ਼ਾ ਮਿਲ ਗਿਆ। ਬਟ ਦੈਟ ਡਜ਼ਨਟ ਮੀਨ ਕਿ ਤੁਸੀਂ ਉੱਥੇ 10 ਸਾਲ ਨੌਨ ਸਟੋਪ ਰਹਿ ਸਕਦੇ ਹੋ, ਉਹਦਾ ਕਿਤੇ ਵੀ ਇਹ ਮਤਲਬ ਨਹੀਂ ਹੈਗਾ। ਤੁਸੀਂ ਉੱਥੇ ਜਾ ਕੇ ਕੰਮ ਕਰ ਸਕਦੇ ਹੋ, ਤੁਸੀਂ ਉੱਥੇ ਜਾ ਕੇ ਪੈਸੇ ਕਮਾ ਕੇ ਵਾਪਸ ਭੇਜ ਸਕਦੇ ਹੋ। ਇਹ ਵੀ ਕਿਹਾ ਜਾਂਦਾ ਲੋਕਾਂ ਨੂੰ ਕਿ ਤੂੰ 6 ਮਹੀਨੇ ਦੀ ਤੈਨੂੰ ਐਂਟਰੀ ਮਿਲੂਗੀ, 6 ਮਹੀਨੇ ਤੂੰ ਉੱਥੇ ਰਹਿ ਲਈ, 6 ਮਹੀਨੇ ਰਹਿ ਕੇ ਕੰਮ ਕਰ ਲਈ, ਫਿਰ ਤੂੰ ਵਾਪਸ ਆ ਜਾਈਂ, 1 ਮਹੀਨਾ ਇੰਡੀਆ ਲਾ ਲਈ, ਫਿਰ 6 ਮਹੀਨੇ ਉੱਥੇ ਲਾ ਲਈ। ਵਿਜ਼ਿਟਰ ਵੀਜ਼ਾ ਮਿਲਿਆ, ਟੂਰਿਸਟ ਵੀਜ਼ਾ ਮਿਲਿਆ, ਜੋ ਕਿ ਇੱਕ ਘੁੰਮਣ ਦਾ ਵੀਜ਼ਾ ਜਿਹਨੂੰ ਕਹਿੰਦੇ ਆ। ਤੁਸੀਂ ਆਪਣੀ ਫਾਈਲ ਦੇ ਵਿੱਚ ਜਿਹੜੇ ਸਾਰੇ ਡਾਕੂਮੈਂਟ ਜਾਂ ਜੋ ਵੀ ਕੁਝ ਪ੍ਰੋਵਾਈਡ ਕੀਤਾ, ਉਹਦੇ ਤੋਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਉੱਥੇ ਘੁੰਮਣ ਚੱਲਣਾ, ਮੈਂ ਘੁੰਮ ਕੇ ਵਾਪਸ ਆ ਜਾਊਂਗਾ। 6 ਮਹੀਨੇ ਤੁਸੀਂ ਘੁੰਮ ਲਿਆ, 6 ਮਹੀਨੇ ਸਾਰਾ ਕੈਨੇਡਾ ਦੇਖ ਲਿਆ, ਵਾਪਸ ਆ ਗਏ, 1 ਮਹੀਨਾ ਇੰਡੀਆ ਲਾ ਕੇ ਫਿਰ ਤੁਸੀਂ ਘੁੰਮਣ ਦੁਬਾਰਾ 6 ਮਹੀਨੇ ਲਈ ਜਦੋਂ ਜਾਣ ਦੀ ਕੋਸ਼ਿਸ਼ ਕਰਦੇ ਹੋ, ਏਅਰਪੋਰਟ ਤੋਂ ਬੱਚਾ ਡਿਪੋਰਟ ਹੋ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਰੈਗੂਲਰ ਅਵੇਅਰਨੈਸ ਚੱਲਦੀ ਹੈ ਹਰ ਚੈਨਲ 'ਤੇ, ਸੋਸ਼ਲ ਮੀਡੀਆ ਨੇ ਇੰਨਾ ਸਾਰਾ ਕੁਛ ਦੇ ਦਿੱਤਾ, ਸਾਰੀ ਚੀਜ਼ ਦੀ, ਸਾਰੀ ਹਰ ਚੀਜ਼ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਤੁਸੀਂ ਫਿਰ ਉਹਦੇ ਬਾਵਜੂਦ ਪੈਸੇ ਦੇਈ ਜਾਂਦੇ ਹੋ, ਫਿਰ ਉਹਦੇ ਬਾਵਜੂਦ ਪੈਸੇ ਫਸਾਈ ਜਾਂਦੇ ਹੋ, ਔਰ ਬਾਅਦ 'ਚ ਕਹਿੰਦੇ ਹੋ ਕਿ ਜੀ ਮੈਂ ਗਲਤ ਬੰਦੇ ਦੇ ਹੱਥ ਫਸ ਗਿਆ। ਗਲਤ ਬੰਦੇ ਦੇ ਹੱਥ ਤੁਸੀਂ ਆਪੇ ਹੀ ਫਸਣਾ, ਇਸ ਕਰਕੇ ਫਸਣਾ ਕਿਉਂਕਿ ਨਾ ਤੁਸੀਂ ਉਹਦੀ ਪੜਤਾਲ ਕੀਤੀ, ਉਹਨੇ ਅੱਜ ਤੱਕ ਕਿੰਨਾ ਕੰਮ ਕੀਤਾ, ਕਿੰਨੇ ਵੀਜ਼ੇ ਲਗਵਾਏ ਤੁਹਾਡੇ ਪਿੰਡ ਤੋਂ, ਤੁਹਾਡੇ ਸ਼ਹਿਰ ਤੋਂ, ਕਿੰਨੇ ਬੰਦੇ ਉਹਦੇ ਥਰੂ ਗਏ, ਕਿਹੜੇ ਕਾਲਜ 'ਚ ਗਏ, ਕਿਹੜੇ ਯੂਨੀਵਰਸਿਟੀ 'ਚ ਗਏ, ਉਹਨਾਂ ਦਾ ਕੀ ਫੀਡਬੈਕ ਹੈ, ਕਦੀ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਕਿਸੇ ਨੇ ਕਹਿ ਦਿੱਤਾ ਕਿ ਤੂੰ ਉਹਦੇ ਤੋਂ ਲਵਾ ਲਾ, ਤਾਂ ਮੈਂ ਉਹਨੂੰ ਫਾਈਲ ਦੇ ਦਿੱਤੀ, ਦੂਜੇ ਤੋਂ ਲਵਾ ਲਾ ਤਾਂ ਦੂਜੇ ਨੂੰ ਫਾਈਲ ਦੇ ਦਿੱਤੀ। ਇਹ ਗੱਲਾਂ ਬਾਅਦ ਵਿੱਚ ਯਾਦ ਆਉਂਦੀਆਂ ਨੇ ਕਿ ਹੁਣ ਪਤਾ ਲੱਗਿਆ ਉਹਨੇ ਪਹਿਲਾਂ ਵੀ ਠੱਗੀ ਕੀਤੀ ਹੈ, ਇੰਨੇ ਕੇਸ ਖਰਾਬ ਕੀਤੇ ਨੇ। ਜੇ ਚੰਗਾ ਹੋਵੇ, ਜੇ ਪਹਿਲਾਂ ਹੀ ਪਤਾ ਕਰ ਲਿੱਤਾ ਜਾਵੇ ਕਿ ਇੰਨੇ ਖਰਾਬ ਕੇਸ ਖਰਾਬ ਹੋ ਚੁੱਕੇ ਨੇ, ਅਸੀਂ ਰਿਸਕ ਨਾ ਲਈਏ। ਓਮ ਗਲੋਬਲ ਤੇ ਆਉਂਦੇ ਹਾਂ, ਤੁਸੀਂ ਕਹਿੰਦੇ ਹੋ ਕਿ ਅਵੇਅਰਨੈਸ ਸੋਸ਼ਲ ਮੀਡੀਆ ਦੇ ਥਰੂ ਫੈਲ ਰਹੀ ਹੈ, ਪਰ ਜਿਹੜਾ ਸਟੂਡੈਂਟ ਤੁਹਾਡੇ ਕੋਲ ਆ ਕੇ ਫਾਈਲ ਲਗਵਾ ਰਿਹਾ, ਉਸ ਨੂੰ ਕਿਸ ਤਰ੍ਹਾਂ ਅਵੇਅਰ ਕਰ ਰਹੇ ਹੋ ਜਾਂ ਉਸ ਨੂੰ ਕਿਸ ਤਰ੍ਹਾਂ ਸਿੱਧੇ ਰਸਤੇ ਪਾ ਰਹੇ ਹੋ?
ਦੇਖੋ ਬੜੇ ਪਲੇਟਫਾਰਮਸ ਨੇ ਜਿਹਨਾਂ ਪਲੇਟਫਾਰਮਸ ਦੇ ਰਾਹੀਂ ਸਟੂਡੈਂਟ ਨੂੰ ਇਹ ਗੱਲ ਦੱਸੀ ਜਾਂਦੀ ਹੈ, ਵੱਡੇ ਵੱਡੇ ਸ਼ਬਦਾਂ ਦੇ ਵਿੱਚ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖ ਕੇ ਵੀ ਪਬਲਿਸ਼ ਕਰ ਲਿਆ, ਬੋਲ ਕੇ ਵੀ ਦੱਸਤਾ, ਪੈਸੇ ਲੇਂਗੇ ਤਬ ਵੀਜ਼ਾ ਲੱਗੇਗਾ ਜਬ। ਬੜੀ ਸਿੰਪਲ ਜੀ ਗੱਲ ਹੈ ਕਿ ਪੈਸੇ ਤੁਸੀਂ ਉਦੋਂ ਦੇਣੇ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ। ਜੇ ਤੁਹਾਡਾ ਵੀਜ਼ਾ ਨਹੀਂ, 100% ਵੀਜ਼ਾ ਕੋਈ ਵੀ ਏਜੰਟ ਕੋਈ ਵੀ ਕੰਸਲਟੈਂਟ ਨਹੀਂ ਲਵਾ ਕੇ ਦੇ ਸਕਦਾ। ਵੀਜ਼ਾ ਦੇਣ ਦੀ ਅਥਾਰਟੀ ਇੱਕ ਵੀਜ਼ਾ ਆਫੀਸਰ ਕੋਲ ਹੈ, ਔਰ ਉਸ ਵੀਜ਼ਾ ਆਫੀਸਰ ਨੂੰ ਜੇ ਆਪਾਂ ਟੈਕਨੀਕਲੀ ਗੱਲ ਕਰ ਲਈਏ, ਟੈਕਨੀਕਲੀ ਹੀ ਇਜ਼ ਐਂਟਰੀ ਕਲੀਅਰੈਂਸ ਆਫੀਸਰ। ਤੁਸੀਂ ਕਿਸੇ ਨੇ ਵੀ ਇਹ ਯੂਕੇ ਦੀ ਵੀਜ਼ਾ ਜਾਂ ਯੂਕੇ ਦੀ ਰਿਫਿਊਜ਼ਲ ਲੈਟਰ ਦੇਖੀ ਹੋਵੇ, ਉੱਤੇ ਸਾਫ ਲਿਖ ਕੇ ਆਉਂਦਾ ECC, ਐਂਟਰੀ ਕਲੀਅਰੈਂਸ ਆਫੀਸਰ ਜਿਹੜਾ ਹੁੰਦਾ ਵੈ ਉਹ ਹੁੰਦਾ, ਜਿਹਨੂੰ ਵੀਜ਼ਾ ਆਫੀਸਰ ਆਪਾਂ ਕਹਿੰਦੇ, ਜਿਹੜਾ ਤੁਹਾਨੂੰ ਪਰਮਿਸ਼ਨ ਦਿੰਦਾ ਕੰਟਰੀ 'ਚ ਐਂਟਰ ਕਰਨ ਦੀ। ਉਹੀ ਬੰਦਾ ਡਿਸਾਈਡ ਕਰੇਗਾ ਕਿ ਤੁਹਾਨੂੰ ਵੀਜ਼ਾ ਦੇਣਾ ਜਾਂ ਨਹੀਂ ਦੇਣਾ, ਸਟੂਡੈਂਟ ਹੈ ਜਾਂ ਵਿਜ਼ਿਟਰ ਹੈ ਜਾਂ ਵਰਕ ਪਰਮਿਟ ਹੈ ਜਾਂ PR ਹੈ। ਕੋਈ ਵੀ ਏਜੰਟ ਕੋਈ ਵੀ ਕੰਸਲਟੈਂਟ 100% ਵੀਜ਼ੇ ਦੀ ਗਰੰਟੀ ਨਹੀਂ ਲੈ ਸਕਦਾ। ਮੈਂ ਅੱਗੇ ਵੀ ਕਈ ਵਾਰੀ ਦੱਸਿਆ, ਦੁਬਾਰਾ ਫੇਰ ਦੱਸ ਰਿਹਾ, 100% ਵੀਜ਼ੇ ਦੀ ਗਰੰਟੀ ਦੋ ਹੀ ਜਣੇ ਲੈ ਸਕਦੇ ਆ, ਜਾਂ ਤਾਂ ਗੋਡ ਤੇ ਦੂਜਾ ਫਰਾਡ। ਇਹੀ ਦੋ ਜਣੇ ਨੇ ਜਿਹੜੇ ਤੁਹਾਨੂੰ 100% ਵੀਜ਼ਾ ਦੀ ਗਰੰਟੀ ਦੇ ਸਕਦੇ ਆ। ਮੈਂ ਤੁਹਾਨੂੰ ਇਹ ਗਰੰਟੀ ਦੇ ਸਕਦਾ ਕਿ ਮੈਂ ਤੁਹਾਡੀ ਫਾਈਲ ਸਹੀ ਤਰੀਕੇ ਦੇ ਨਾਲ ਜੋ ਅੰਬੈਸੀ ਦੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਨ ਦੇ ਨਾਲ ਅੰਬੈਸੀ ਦੇ ਵਿੱਚ ਲਾਊਂਗਾ। ਉਸ ਤੋਂ ਬਾਅਦ ਤੁਹਾਡੇ ਮੁਕੱਦਰ, ਤੁਹਾਡੀ ਕਿਸਮਤ, ਜੇ ਤੁਹਾਡਾ ਦਾਣਾ ਪਾਣੀ ਕੈਨੇਡਾ 'ਚ ਲਿਖਿਆ ਤੁਹਾਡਾ ਵੀਜ਼ਾ ਲੱਗੂਗਾ, ਨਹੀਂ ਲਿਖਿਆ ਵੀਜ਼ਾ ਨਹੀਂ ਲੱਗ ਸਕਦਾ। ਕੋਈ ਵੀ ਬੰਦਾ ਜਿਹੜਾ ਤੁਹਾਨੂੰ ਗਰੰਟੀ ਦਿੰਦਾ ਉਹਦੇ ਤੋਂ ਬਚੋ, ਕੋਈ ਵੀ ਬੰਦਾ ਜਿਹੜਾ ਤੁਹਾਡੇ ਤੋਂ ਪੈਸੇ ਪਹਿਲਾਂ ਲੈ ਕੇ ਕੰਮ ਕਰ ਰਿਹਾ ਉਹਦੇ ਤੋਂ ਬਚੋ। ਬਹੁਤ ਸਾਰੇ ਕੇਸਿਸ, ਵੱਖੋ ਵੱਖ ਕੇਸਿਸ ਹੁੰਦੇ ਨੇ, ਕਿਸੇ ਦਾ ਸਟੱਡੀ ਦੇ ਵਿੱਚ ਗੈਪ ਬੜਾ ਲੰਬਾ ਹੁੰਦਾ ਹੈ, ਜਾਂ ਕਿਸੇ ਦੇ ਕੋਰਸਿਸ ਅਜਿਹੇ ਹੁੰਦੇ ਨੇ ਕਿ ਉਹ ਉੱਥੇ ਦੇ ਕੋਰਸਿਸ ਦੇ ਨਾਲ ਨਹੀਂ ਮੈਚ ਕਰ ਰਹੇ ਹੁੰਦੇ। ਸਪਾਊਸ ਵੀਜ਼ਾ ਦੀ ਗੱਲ ਕਰਦੇ ਹਾਂ, ਸਪਾਊਸ ਵੀਜ਼ਾ ਦੇ ਨਾਮ 'ਤੇ ਲੋਕ ਇਸ ਪਲੇਟਫਾਰਮ ਦਾ ਜਿਹੜਾ ਗਲਤ ਫਾਇਦਾ ਵੀ ਚੁੱਕਦੇ ਨੇ। ਤੁਹਾਡੇ ਕੋਲ ਵੀ ਬਹੁਤ ਸਾਰੇ ਕੇਸਿਸ ਆਉਂਦੇ ਹੋਣਗੇ, ਕੀ ਕਹਿਣਾ ਇਸ ਬਾਰੇ? ਦੇਖੋ ਜਿਹੜਾ ਅੰਬੈਸੀ ਦੇ ਵਿੱਚ ਵੀਜ਼ਾ ਲੱਗਦਾ ਹੈ ਨਾ, ਉਹ ਵੀਜ਼ਾ ਇੱਕ ਚੀਜ਼ ਦੇ ਉੱਤੇ ਨਹੀਂ ਲੱਗਦਾ, ਅਲੱਗ ਅਲੱਗ ਡਿਫਰੈਂਟ ਡਿਫਰੈਂਟ ਪੈਰਾਮੀਟਰਸ ਨੇ, ਮਾਪਦੰਡ ਨੇ, ਉਹ ਸਾਰੇ ਪੈਰਾਮੀਟਰਸ ਔਰ ਮਾਪਦੰਡ ਦੇਖੇ ਜਾਂਦੇ ਨੇ, ਉਹਦੇ ਬੇਸਿਸ ਦੇ ਉੱਤੇ ਡਿਸਾਈਡ ਹੁੰਦਾ ਕਿ ਵੀਜ਼ਾ ਮਿਲਣਾ ਕਿ ਨਹੀਂ ਮਿਲਣਾ। ਉਹਦੇ ਵਿੱਚ ਜੇ ਆਪਾਂ ਗੱਲ ਕਰ ਲਈਏ, ਆਇਲਸ ਪਹਿਲੀ ਰਿਕੁਆਇਰਮੈਂਟ ਹੈਗੀ ਆ, ਬਾਰ ਬਾਰ ਤੁਸੀਂ ਦੇਖਦੇ ਹੋ ਵਿਦਾਊਟ ਆਇਲਸ ਚਲ ਜਾਓ, 5 ਬੈਂਡ 'ਤੇ ਚਲ ਜਾਓ, 5.5 ਬੈਂਡ 'ਤੇ ਚਲ ਜਾਓ। ਇੱਕ ਹਰ ਅੰਬੈਸੀ ਦਾ, ਹਰ ਕੰਟਰੀ ਦਾ ਇੱਕ ਕ੍ਰਾਈਟੀਰੀਆ ਰੱਖਿਆ ਹੋਇਆ ਕਿ ਕਿੰਨਾ ਆਇਲਸ ਦਾ ਸਕੋਰ ਮੈਂਡੇਟਰੀ ਹੈ, ਉਸ ਸਕੋਰ ਦੇ ਬਾਅਦ ਤੁਹਾਨੂੰ ਐਡਮਿਸ਼ਨ ਮਿਲਦੀ ਹੈ, ਉਸ ਸਕੋਰ ਦੇ ਬਾਅਦ ਤੁਹਾਨੂੰ ਵੀਜ਼ਾ ਮਿਲਦਾ। ਦੂਸਰੇ ਨੰਬਰ 'ਤੇ ਆ ਜਾਈਏ ਅਕੈਡਮਿਕ ਸਕੋਰ। ਆਪਾਂ ਰੋਜ਼ ਐਡ ਦੇਖਦੇ ਹਾਂ, 33% ਵਾਲੇ ਦਾ ਵੀਜ਼ਾ ਲਵਾ ਲਓ, 40% ਵਾਲੇ ਦਾ ਵੀਜ਼ਾ ਲਗਵਾ ਲਓ। ਅੰਬੈਸੀ ਕਹਿੰਦੀ ਹੈ ਕਿ ਜਿਹੜਾ ਬੱਚਾ ਇੱਥੇ ਨਹੀਂ ਪੜ੍ਹਿਆ 33% ਦੇ ਨਾਲ, ਉਹ ਕੈਨੇਡਾ ਜਾ ਕੇ ਕਿੱਦਾਂ ਪੜ੍ਹਾਈ ਕਰੂਗਾ? ਸੋ ਅਕੈਡਮਿਕ ਸਕੋਰ ਤੁਹਾਡਾ ਕੀ ਹੈ, ਕਿਹੜੇ ਕੋਰਸ 'ਚ ਤੁਸੀਂ ਪੜ੍ਹਨ ਚੱਲੇ ਹੋ, ਤੁਸੀਂ ਇਕਨੋਮਿਕਸ ਦਾ ਡਿਪਲੋਮਾ ਕਰਨ ਚੱਲੇ ਹੋ, ਇੱਥੇ ਪਲੱਸ ਟੂ ਦੇ ਵਿੱਚ ਇਕਨੋਮਿਕਸ 'ਚ ਤੁਹਾਡੇ ਕਿੰਨੇ ਨੰਬਰ ਸੀਗੇ, ਤੁਸੀਂ ਅਕਾਊਂਟਿੰਗ ਕਰਨ ਚੱਲੇ ਹੋ, ਅਕਾਊਂਟਿੰਗ ਦੇ ਵਿੱਚ ਕੰਪਾਰਟਮੈਂਟ ਤੁਹਾਡੀ ਆਈ ਹੋਈ ਹੈ, ਕਿੱਦਾਂ ਤੁਹਾਨੂੰ ਅਕਾਊਂਟਿੰਗ ਦੇ ਵਿੱਚ ਵੀਜ਼ਾ ਮਿਲ ਜੂਗਾ। ਥਰਡਲੀ ਆ ਜੀ ਆਪਾਂ ਸਪਾਊਸ ਦੀ ਗੱਲ ਕੀਤੀ, ਤੁਸੀਂ ਸਪਾਊਸ ਦੇਖੋ ਡਿਪੈਂਡੈਂਟ ਵੀਜ਼ਾ ਕਿੰਨੇ ਇਹਨੂੰ ਆਪਾਂ, ਕੋਈ ਵੀ ਸਟੂਡੈਂਟ ਜਿਹੜਾ ਪੜ੍ਹਨ ਜਾਣਾ ਚਾਹੁੰਦਾ, ਆਪਾਂ ਬਾਰ ਬਾਰ ਦੇਖਦੇ ਹਾਂ ਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ, ਸੋ ਸਟੂਡੈਂਟ ਦਾ 10 ਸਾਲ ਦਾ ਗੈਪ ਹੈ, 5 ਸਾਲ ਦਾ ਗੈਪ ਹੈ, 6 ਸਾਲ ਦਾ ਗੈਪ ਹੈ, ਬੇਸਿਕਲੀ ਗੈਪ ਤਾਂ ਉਹ ਵਰਡ ਹੀ ਨਹੀਂ ਹੈਗਾ, ਐਗਜ਼ਿਸਟ ਨਹੀਂ ਕਰਦਾ। ਵਟ ਡਸ ਗੈਪ ਮੀਨ, ਉਹ ਕੀ ਹੈ, ਐਜੂਕੇਸ਼ਨ ਗੈਪ ਹੈ ਕਿ ਉਹਦੀ ਪੜ੍ਹਾਈ ਕੀਤੀ ਨੂੰ ਲਾਸਟ ਉਹਦੀ ਐਜੂਕੇਸ਼ਨ ਕਦੋਂ ਸੀ, 2014 'ਚ ਸੀਗੀ ਜੀ, 5 ਸਾਲ ਹੋ ਗਏ ਉਹਨੇ ਪੜ੍ਹਾਈ ਨਹੀਂ ਕੀਤੀ, ਸਾਲ ਤਾਂ ਉਹ 5 ਵਿੱਚ ਉਹਨੇ ਵੀ ਬਿਤਾਏ ਹੈ ਨਾ ਕਿਸੇ ਤਰ੍ਹਾਂ, ਉਹਨੇ ਵੀ ਉਹ 5 ਸਾਲਾਂ ਦੀ ਜ਼ਿੰਦਗੀ ਕੱਢੀ ਹੈ, ਉਹ ਚਾਹੇ ਉਹਨੇ ਕਿਤੇ ਕੰਮ ਕਰਕੇ ਕੱਢੀ ਹੈ, ਚਾਹੇ ਘਰ ਵਿਹਲਾ ਬਹਿ ਕੇ ਕੱਢੀ ਹੈ। ਅੰਬੈਸੀ ਨੂੰ ਉਹਦੀ ਜਸਟੀਫਿਕੇਸ਼ਨ ਚਾਹੀਦੀ ਹੈ, ਦੇ ਵਾਂਟ ਟੂ ਨੋ ਕਿ ਤੁਸੀਂ ਉਹਦਾ 5 ਸਾਲਾਂ 'ਚ ਕੀ ਕੀਤਾ। ਐਜੂਕੇਸ਼ਨ ਗੈਪ ਹੈ ਕਿ ਮੇਰੀ ਲਾਸਟ ਕੁਆਲੀਫਿਕੇਸ਼ਨ ਇਸ ਸਾਲ ਦੇ ਵਿੱਚ ਸੀ, ਉਸ ਤੋਂ ਬਾਅਦ ਮੈਂ ਨੌਕਰੀ ਕੀਤੀ, ਪਹਿਲਾਂ ਇੱਕ ਕੰਪਨੀ 'ਚ, ਫਿਰ ਦੂਜੀ 'ਚ, ਫਿਰ ਤੀਜੀ 'ਚ, ਹੁਣ ਮੈਂ ਆਪਣੀ ਸਕਿੱਲ ਐਨਹਾਂਸਮੈਂਟ ਲਈ ਬਾਹਰ ਜਾਣਾ ਚਾਹੁੰਦਾ।
ਓਕੇ ਫਾਈਨ ਮੇਕ ਸੈਂਸ, ਵੀਜ਼ਾ ਲੱਗਦਾ। ਫਿਰ ਆ ਜੀ ਸਪਾਊਸ ਦੇ ਉੱਤੇ, ਕਿਤੇ ਵੀ ਨਹੀਂ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਮੈਰਿਡ ਹੋ ਤਾਂ ਵੀਜ਼ਾ ਨਹੀਂ ਲੱਗਦਾ। ਬਹੁਤ ਸਾਰੇ ਸਪਾਊਸ ਕੇਸਿਸ ਲੱਗ ਗਏ, ਹਰ ਕੰਟਰੀ ਦਾ ਹਰ ਅੰਬੈਸੀ ਦਾ ਤਰੀਕਾ ਵੱਖਰਾ ਹੈ। ਆਸਟ੍ਰੇਲੀਆ ਦੀ ਗੱਲ ਕਰ ਲਈਏ, ਹਸਬੈਂਡ ਵਾਈਫ ਇਕੱਠੇ ਜਾਂਦੇ ਨੇ। ਨਿਊਜ਼ੀਲੈਂਡ ਦੀ ਗੱਲ ਕਰ ਲਈਏ, ਹਸਬੈਂਡ ਵਾਈਫ ਇਕੱਠੇ ਜਾਂਦੇ ਨੇ। ਕੈਨੇਡਾ ਦੀ ਗੱਲ ਕਰ ਲਈਏ, ਕਦੀ ਵੀ ਹਸਬੈਂਡ ਵਾਈਫ ਦਾ ਵੀਜ਼ਾ ਜੇ ਕਿਸੇ ਨੇ ਲਵਾਇਆ ਮੈਨੂੰ ਪਲੀਜ਼ ਦਿਖਾਓ ਕਿ ਸਟੂਡੈਂਟ ਵੀਜ਼ਾ ਅਤੇ ਸਟੂਡੈਂਟ ਦੇ ਸਪਾਊਸ ਦਾ ਵੀਜ਼ਾ ਜੇ ਕਿਸੇ ਨੇ ਇਕੱਠਾ ਲਵਾਇਆ ਮੈਨੂੰ ਜ਼ਰੂਰ ਦਿਖਾਇਓ, ਮੈਂ 13 ਸਾਲਾਂ 'ਚ ਨਹੀਂ ਦੇਖਿਆ। ਸਟੂਡੈਂਟ ਦਾ ਵੀਜ਼ਾ ਲੱਗਣ ਤੋਂ ਬਾਅਦ 1 ਸਮੈਸਟਰ ਬਾਅਦ ਉਹਦੇ ਸਪਾਊਸ ਦਾ ਓਪਨ ਵਰਕ ਪਰਮਿਟ ਅਪਲਾਈ ਹੁੰਦਾ, ਉਹਨੂੰ ਵੀਜ਼ਾ ਮਿਲਦਾ, ਉੱਥੇ ਜਾ ਕੇ ਉਹਨੂੰ ਕੰਮ ਕਰਨ ਦੀ ਪਰਮਿਸ਼ਨ ਹੈਗੀ ਆ, ਫੁੱਲ ਟਾਈਮ ਵਰਕਿੰਗ ਰਾਈਟਸ ਦੇ ਨਾਲ ਜਾਂਦਾ। ਬਟ ਕੋਈ ਵੀ ਹਸਬੈਂਡ ਵਾਈਫ ਨਾਲ ਕੈਨੇਡਾ ਦੇ ਵਿੱਚ ਇਕੱਠੇ ਨਹੀਂ ਜਾਂਦੇ। ਬਹੁਤ ਸਾਰੇ ਕੇਸਿਸ ਅਜਿਹੇ ਵੀ ਆਉਂਦੇ ਹੋਣਗੇ। ਸਟੂਡੈਂਟਸ ਦਾ ਵੈਸੇ ਤਾਂ ਮੇਨ ਮਕਸਦ ਇਹੀ ਰਹਿੰਦਾ ਕਿ ਸਟੱਡੀ ਵੀਜ਼ਾ ਲੈ ਕੇ ਉੱਥੇ ਜਾਇਆ ਜਾਏ, ਸਟੱਡੀ ਵੱਲ ਧਿਆਨ ਘੱਟ ਹੁੰਦਾ, ਪੈਸੇ ਵੱਧ ਤੋਂ ਵੱਧ ਕਮਾਏ ਜਾਣ। ਪਿੱਛੇ ਜਿਹੇ ਇੱਕ ਕੇਸ ਤੁਸੀਂ ਜੋ ਬੰਦਾ ਸੁਣਿਆ ਹੋਣਾ, ਡਿਪੋਰਟ ਕਰ ਦਿੱਤਾ ਗਿਆ ਉਹਨੂੰ। ਬਹੁਤ ਸਾਰੇ ਬੱਚਿਆਂ ਨੂੰ ਮੈਨੂੰ ਲੱਗਦਾ ਉਸ ਕੇਸ ਤੋਂ, ਉਸ ਇੰਸੀਡੈਂਟ ਤੋਂ ਸੇਧ ਲੈਣੀ ਚਾਹੀਦੀ ਹੈ। ਬਿਲਕੁਲ ਲੈਣੀ ਚਾਹੀਦੀ ਹੈ ਜੀ। ਦੇਖੋ ਜਦੋਂ ਕੋਈ ਵੀ ਵੀਜ਼ਾ ਤੁਹਾਨੂੰ ਗ੍ਰਾਂਟ ਹੁੰਦਾ, ਜਿੱਦਾਂ ਆਪਾਂ ਹੁਣੇ ਵਿਜ਼ਟਰ ਵੀਜ਼ੇ ਦੀ ਗੱਲ ਕੀਤੀ ਸੀ ਕਿ ਉਹਦੇ 'ਚ ਕੰਡੀਸ਼ਨ ਹੀ ਹੈ ਨਹੀਂ, ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਹੀ ਨਹੀਂ ਮਿਲਦੀ, ਠੀਕ ਹੈ। ਸੇਮ ਗੋਜ਼ ਵਿਦ ਸਟੂਡੈਂਟ ਵੀਜ਼ਾ ਆਲਸੋ। ਤੁਸੀਂ ਆਪਣਾ ਵੀਜ਼ਾ ਦੇਖੋ, ਆਪਣੇ ਵੀਜ਼ੇ ਦੇ ਉੱਤੇ ਦੇਖੋ, ਉੱਥੇ ਕੰਡੀਸ਼ਨਸ ਲਿਖੀਆਂ ਹੋਈਆਂ ਕਿ ਕੀ ਟਰਮਸ ਐਂਡ ਕੰਡੀਸ਼ਨਸ ਤੁਹਾਨੂੰ ਮਿਲਦੀਆਂ। ਜਦੋਂ ਇੱਕ ਸਟੂਡੈਂਟ ਕੈਨੇਡਾ ਪਹੁੰਚ ਜਾਂਦਾ, ਕੈਨੇਡਾ ਪਹੁੰਚ ਕੇ ਏਅਰਪੋਰਟ ਦੇ ਉੱਤੇ ਉਹਨੂੰ ਸਟੱਡੀ ਪਰਮਿਟ ਮਿਲਦਾ, ਉਸ ਸਟੱਡੀ ਪਰਮਿਟ ਦੇ ਉੱਤੇ ਉਹਦੇ ਡੂਜ਼ ਐਂਡ ਡੋਂਟਸ ਲਿਖੇ ਹੁੰਦੇ ਆ ਕਿ ਕਿੰਨੇ ਘੰਟੇ ਤੁਸੀਂ ਹਫ਼ਤੇ 'ਚ ਕੰਮ ਕਰ ਸਕਦੇ ਹੋ, ਕਿੰਨੇ ਘੰਟੇ ਦੀ ਤੁਹਾਡੀ ਪੜ੍ਹਾਈ ਕੰਪਲਸਰੀ ਹੈ, ਉਸ ਤੋਂ ਬਾਅਦ ਜਿਹੜਾ ਪੋਸਟ ਸਟੱਡੀ ਵਰਕ ਵੀਜ਼ਾ ਮਿਲਣਾ ਉਹ ਕਿਸ ਤਰ੍ਹਾਂ ਮਿਲਣਾ, ਉਹ ਸਾਰੀ ਇਨਫੋਰਮੇਸ਼ਨ ਅੱਜ ਕੱਲ੍ਹ ਔਨਲਾਈਨ CIC ਦੀ ਵੈਬਸਾਈਟ ਦੇ ਉੱਤੇ ਹਰ ਜਗ੍ਹਾ ਬਹੁਤ ਬਹੁਤ ਈਜ਼ੀਲੀ ਅਵੇਲੇਬਲ ਹੈ। ਜੇ ਉਹਦੇ ਬਾਵਜੂਦ ਸਟੂਡੈਂਟ ਕਹੇ ਕਿ ਮੈਨੂੰ ਇਹ ਪਤਾ ਨਹੀਂ ਸੀਗਾ, ਮੈਂ ਅਣਜਾਣੇ 'ਚ ਰਹਿ ਗਿਆ, ਮੈਂ ਕਿਸੇ ਦੀਆਂ ਗੱਲਾਂ 'ਚ ਆ ਗਿਆ, ਬੜਾ ਸਿੰਪਲ ਜਿਹਾ ਲਾਅ ਹੈ ਕੈਨੇਡਾ ਦਾ, ਉਹ ਕਹਿੰਦੇ ਆ ਇਗਨੋਰੈਂਸ ਇਜ਼ ਨੋ ਪਲੀ, ਕਿ ਤੁਸੀਂ ਇਹ ਕਹਿ ਦਿਓ ਕਿ ਮੈਨੂੰ ਪਤਾ ਨਹੀਂ ਕਿਸੇ ਦਾ ਕਤਲ ਕਰਨਾ ਇਹ ਗੁਨਾਹ, ਇਸ ਕਰਕੇ ਮੈਂ ਕਤਲ ਕਰਤਾ ਤਾਂ ਮੈਨੂੰ ਮਾਫ਼ ਕਰ ਦਿਓ, ਇੱਦਾਂ ਨਹੀਂ ਹੁੰਦਾ। ਸੋ ਹਰ ਤਰ੍ਹਾਂ ਦਾ ਰੂਲਸ ਐਂਡ ਰੈਗੂਲੇਸ਼ਨਸ ਉਹਨਾਂ ਦੀ ਵੈਬਸਾਈਟ ਦੇ ਉੱਤੇ ਲਿਖਿਆ, ਵੈਬਸਾਈਟ 'ਤੇ ਜਾਓ ਪੜ੍ਹੋ। ਜਿਹੜੀ ਚੀਜ਼ ਨਹੀਂ ਸਮਝ ਲੱਗਦੀ, ਕੁਛ ਕਿਸੇ ਸਿਆਣੇ ਬੰਦੇ ਨੂੰ ਕੈਨੇਡਾ ਪਹੁੰਚ ਕੇ ਕਿਸੇ ICCRC ਮੈਂਬਰ ਨੂੰ ਮਿਲ ਲਓ, ਉਹਨੂੰ ਪੁੱਛ ਲਓ ਕਿ ਕੀ ਟਰਮਸ ਐਂਡ ਕੰਡੀਸ਼ਨਸ 'ਤੇ ਮੈਨੂੰ ਵੀਜ਼ਾ ਮਿਲਿਆ, ਕੀ ਚੀਜ਼ਾਂ ਕਰਨ ਦਾ ਮੇਰੇ ਕੋਲ ਪਰਮਿਸ਼ਨ ਹੈਗੀ ਹੈ, ਕੀ ਚੀਜ਼ਾਂ ਨਹੀਂ ਕਰਨ ਦੀ ਪਰਮਿਸ਼ਨ ਹੈਗੀ। ਮੈਨੂੰ ਲੱਗਦਾ ਕਿ ਜਿਹੜੇ ਆ ਸ਼ਾਰਟਕਟਸ ਅਪਣਾਏ ਜਾਂਦੇ ਨੇ ਜਾਂ ਫਿਰ ਗਲਤ ਰਸਤੇ ਅਪਣਾਏ ਜਾਂਦੇ ਨੇ, ਇਸ ਦੀ ਕੋਈ ਮੰਜ਼ਿਲ ਨਹੀਂ ਹੁੰਦੀ। ਇਹ ਜਲਦ ਤੋਂ ਜਲਦ ਜੇਕਰ ਸਮਝ ਲਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਗਲਤ ਸਫ਼ਰ ਕਰਨਾ ਪਏਗਾ। ਬਿਲਕੁਲ ਠੀਕ ਗੱਲ ਹੈ ਜੀ। ਜਿਹੜਾ ਸ਼ਾਰਟਕਟ ਅਪਣਾਇਆ ਜਾਂਦਾ ਨਾ, ਉਹ ਮੇਰਾ ਖਿਆਲ ਜਾਂਦਾ ਵੀ ਸਿਰਫ ਸ਼ਾਰਟ ਰਸਤੇ ਤੱਕ ਹੀ ਹੈ, ਉਹ ਸ਼ਾਰਟ ਹੀ ਰਹਿ ਜਾਂਦਾ, ਹਮੇਸ਼ਾ ਸ਼ਾਰਟ ਟਾਈਮ ਪੀਰੀਅਡ ਲਈ ਰਹਿ ਜਾਂਦਾ। ਔਨ ਦੀ ਅਦਰ ਹੈਂਡ, ਜਦੋਂ ਤੁਸੀਂ ਰਸਤੇ ਦੇ ਨਾਲ ਸਿੱਧਾ ਸਿੱਧੇ ਤਰੀਕੇ ਦੇ ਨਾਲ ਚੱਲ ਕੇ ਜਾ ਰਹੇ ਹੋ ਔਰ ਤੁਹਾਨੂੰ ਪਤਾ ਕਿ ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ ਹੋ, ਉਹ 'ਚ ਟਾਈਮ ਜ਼ਿਆਦਾ ਲੱਗ ਸਕਦਾ, ਬਟ ਅਲਟੀਮੇਟਲੀ ਐਂਡ ਆਫ ਦ ਡੇ ਤੁਸੀਂ ਉੱਥੇ ਪਹੁੰਚ ਜਾਓਗੇ ਔਰ ਉਸ ਤਰੀਕੇ ਨਾਲ ਪਹੁੰਚੋਗੇ ਕਿ ਕੱਲ੍ਹ ਨੂੰ ਤੁਹਾਨੂੰ ਜਿਸ ਤਰ੍ਹਾਂ ਜੋਬਨ ਵਾਲਾ ਇੰਸੀਡੈਂਟ ਹੋਇਆ, ਬਹੁਤ ਮਾੜਾ ਇੰਸੀਡੈਂਟ ਹੋਇਆ, ਉਹ ਕਾਫ਼ੀ ਲੋਕਾਂ ਨੇ ਉੱਥੇ ਉਹਨੂੰ ਸਪੋਰਟ ਕਰਨ ਦੀ ਵੀ ਕੋਸ਼ਿਸ਼ ਕੀਤੀ, ਬਟ ਐਂਡ ਆਫ ਦੀ ਡੇ ਲਾਅ ਹੋਇਆ ਉਹੀ ਜੋ ਲਾਅ ਹੈ, ਜੋ ਗਵਰਨਮੈਂਟ ਨੇ ਬਣਾਇਆ ਹੋਇਆ ਉਹਦੇ ਅਕੋਰਡਿੰਗਲੀ ਹੀ ਉਹਦੇ 'ਤੇ ਫੈਸਲਾ ਲਿੱਤਾ ਗਿਆ। ਸੋ ਕਿਸੇ ਵੀ ਤਰ੍ਹਾਂ ਦਾ ਇੱਦਾਂ ਦਾ ਕੋਈ ਕੰਮ ਨਾ ਕਰੋ, ਨਾ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਵੀਜ਼ਾ ਲੱਗਣ ਤੋਂ ਬਾਅਦ, ਜਿਹਦਾ ਪਛਤਾਵਾ ਕੱਲ੍ਹ ਨੂੰ ਤੁਹਾਨੂੰ ਹੋਏ। ਉੱਥੇ ਜਾਣਾ ਬਹੁਤ ਸੌਖਾ ਅੱਜ ਦੀ ਡੇਟ ਦੇ ਵਿੱਚ, ਉੱਥੇ ਰਹਿਣਾ ਬਹੁਤ ਆਸਾਨ ਹੈ। ਜਦੋਂ ਤੁਸੀਂ ਉੱਥੇ 5 ਸਾਲ 6 ਸਾਲ ਰਹਿ ਲੈਂਦੇ ਹੋ, ਉਸ ਤੋਂ ਬਾਅਦ ਇੰਡੀਆ ਆ ਕੇ ਰਹਿਣਾ ਵਾਪਸ ਬਹੁਤ ਔਖਾ ਲੱਗਦਾ ਤੁਹਾਨੂੰ। ਬਹੁਤ ਸਾਰੇ ਸਟੂਡੈਂਟਸ ਆਸਟ੍ਰੇਲੀਆ ਤੋਂ ਵਾਪਸ ਆਏ ਹੈ ਇਹਨਾਂ ਸਾਰੀਆਂ ਚੀਜ਼ਾਂ ਕਰਕੇ, ਬਹੁਤ ਸਾਰੇ ਸਟੂਡੈਂਟਸ ਕੈਨੇਡਾ ਤੋਂ ਵਾਪਸ ਆਇਆ, ਨਿਊਜ਼ੀਲੈਂਡ ਤੋਂ ਵਾਪਸ ਆਇਆ, ਜਿਹੜੇ ਰੈਗੂਲਰ ਸਾਨੂੰ ਆਫਿਸ ਦੇ ਵਿੱਚ ਆ ਕੇ ਵਿਜ਼ਿਟ ਕਰਦੇ ਨੇ, ਮਿਲਦੇ ਨੇ ਔਰ ਆ ਕੇ ਇਹ ਕਹਿੰਦੇ ਨੇ ਕਿ ਹੁਣ ਮੈਨੂੰ ਨੈਕਸਟ ਕਿਸੇ ਕੰਟਰੀ ਭੇਜ ਦਿਓ, ਕੋਈ ਹੋਰ ਤਰੀਕਾ ਦੇਖ ਲਓ, ਬਿਕੋਜ਼ ਮੈਂ ਇੱਥੇ ਨਹੀਂ ਰਹਿ ਪਾ ਰਿਹਾ, ਇੱਥੇ ਰਹਿਣਾ ਔਖਾ ਹੋ ਰਿਹਾ।
ਇੱਥੇ ਆ ਕੇ ਉਹ ਲਾਈਫ ਸਟਾਈਲ ਨਹੀਂ ਮਿਲਦਾ ਜੋ ਲਾਈਫ ਸਟਾਈਲ ਉੱਥੇ ਤੁਸੀਂ ਰਹਿ ਕੇ ਆਏ ਹੋ। ਉੱਥੇ ਕੰਮ ਕਰਨਾ ਵੀ ਮਨਜ਼ੂਰ ਹੈ ਹਰ ਤਰ੍ਹਾਂ ਦਾ, ਉੱਥੇ ਹਰ ਤਰੀਕੇ ਦੇ ਨਾਲ ਹਰ ਬੰਦੇ ਦੇ ਨਾਲ ਤੁਸੀਂ ਤਰੀਕੇ ਦੇ ਨਾਲ ਬਿਹੇਵ ਕਰਦੇ ਹੋ। ਇੱਥੇ ਆ ਕੇ ਸ਼ਾਇਦ ਆਟੋਮੈਟਿਕਲੀ ਸਾਰਾ ਕੁਝ ਚੇਂਜ ਹੋ ਜਾਂਦਾ, ਤੁਹਾਨੂੰ ਲੱਗਦਾ ਕਿ ਨਹੀਂ ਇਹ ਕੰਮ ਮੇਰੇ ਲਈ ਨਹੀਂ ਬਣੇ ਹੋਏ, ਮੈਂ ਬਾਹਰ ਜਾਣ ਲਈ ਪੈਦਾ ਹੋਇਆ ਤੇ ਬਾਹਰ ਜਾ ਕੇ ਇੱਥੇ ਆ ਕੇ ਮੈਨੂੰ ਲੱਗਦਾ ਸੀਟ ਬੈਲਟ ਲਾਉਣੀ ਵੀ ਇੰਨੀ ਔਖੀ ਲੱਗਦੀ ਹੈ ਤੇ ਉੱਥੇ ਜਾ ਕੇ ਪੋਚੇ ਲਾਉਣੇ ਵੀ ਬੜੇ ਸੌਖੇ ਬੜੇ ਸੌਖੇ ਲੱਗਦੇ ਨੇ। ਬਿਲਕੁਲ, ਬਹੁਤ ਸਾਰੇ ਸਟੂਡੈਂਟਸ ਨੇ, ਐਕਚੁਅਲੀ ਕੀ ਹੈ ਕਿ ਡਿਗਨਿਟੀ ਆਫ ਲੇਬਰ ਨਾਮ ਦੀ ਇੱਕ ਚੀਜ਼ ਹੈ ਇਹਨਾਂ ਕੰਟਰੀਜ਼ ਦੇ ਵਿੱਚ, ਇਹੀ ਸਭ ਤੋਂ ਵੱਡਾ ਰੀਜ਼ਨ ਹੈ ਕਿ ਸਾਡਾ ਸਟੂਡੈਂਟ ਉੱਥੇ ਜਾ ਕੇ ਕਿਸੇ ਤਰੀਕੇ ਦੀ ਕੋਈ ਸ਼ਰਮ ਨਹੀਂ ਕਰਦਾ ਕਿ ਮੈਂ ਕੀ ਕਰਨਾ ਜਾਂ ਕੀ ਕਰ ਰਿਹਾ। ਨਾ ਕੋਈ ਕਿਸੇ ਵੱਲ ਦੇਖਦਾ, ਨਾ ਕੋਈ ਕਿਸੇ ਨੂੰ ਕਹਿੰਦਾ ਕਿ ਤੂੰ ਇੱਥੇ ਆਹ ਕੰਮ ਕਰ ਰਿਹਾ, ਕਿਉਂਕਿ ਉਹ ਆਪ ਵੀ ਉਸ ਤਰ੍ਹਾਂ ਦਾ ਹੀ ਕੋਈ ਕੰਮ ਕਰ ਰਿਹਾ। ਐਂਡ ਡਿਗਨਿਟੀ ਆਫ ਲੇਬਰ ਇੰਨੀ ਹੈ ਕਿ ਹਰ ਕੰਮ ਨੂੰ, ਹਰ ਤਰ੍ਹਾਂ ਦੇ ਕਿੱਤੇ ਨੂੰ ਉੱਥੇ ਇੱਕ ਚੰਗੀ ਨਜ਼ਰ ਨਾਲ ਦੇਖਿਆ ਜਾਂਦਾ, ਇੱਕ ਰਿਸਪੈਕਟੇਬਲ ਨਜ਼ਰ ਨਾਲ ਦੇਖਿਆ ਜਾਂਦਾ। ਮੈਨੂੰ ਲੱਗਦਾ ਕਿ ਵਿਦੇਸ਼ਾਂ ਦਾ ਰੁਖ ਕਰਨਾ, ਬਾਹਰ ਜਾ ਕੇ ਸੈਟਲ ਹੋਣਾ, ਪੜ੍ਹਾਈ ਕਰਨਾ, ਜੋਬ ਕਰਨਾ ਗਲਤ ਨਹੀਂ ਹੈ, ਪਰ ਜੇਕਰ ਸਹੀ ਤਰੀਕਾ ਅਪਣਾਇਆ ਜਾਏ, ਸਹੀ ਰਸਤੇ, ਲਾਜ਼ ਐਂਡ ਆਰਡਰਸ, ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕੀਤਾ ਜਾਏ ਤਾਂ ਕਦੀ ਵੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤਾਂ ਇਹ ਸਨ ਪੁਨੀਤ ਖੰਨਾ ਓਮ ਗਲੋਬਲ ਤੋਂ, ਜਿਨ੍ਹਾਂ ਨੇ ਬੜੀ ਹੀ ਖੂਬਸੂਰਤੀ ਦੇ ਨਾਲ, ਬੜੀ ਹੀ ਸਰਲਤਾ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੀ ਡੂਜ਼ ਐਂਡ ਡੋਨਟਸ ਨੇ, ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦਿਮਾਗ ਵਿੱਚ ਰੱਖ ਕੇ ਜੇਕਰ ਤੁਸੀਂ ਵਿਦੇਸ਼ਾਂ ਵਿੱਚ ਜਾਣਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਦਿਮਾਗ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ ਸਹੀ ਤਰੀਕੇ ਦੇ ਨਾਲ ਵਿਦੇਸ਼ਾਂ ਵਿੱਚ ਵੱਸ ਸਕੋਗੇ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਜਲੰਧਰ।